ਕਿਸੇ ਵੀ ਗੱਲ ਨੀ ਕਰਨੀ, ਹੌਲੀ ਵੀ ਨੀ ਕਰਨੀ, ਉੱਚੀ ਵੀ ਨੀ ਕਰਨੀ, ਇਸ਼ਾਰੇ ਦੇ ਨਾਲ। ਜੇ ਕੋਈ ਪਹਿਰੇ ਤੇ ਖੜਾ ਏ, ਜੇ ਕੋਈ ਗੇਟ ਤੇ ਆ, ਕੋਈ ਆਦਮੀ ਲੰਗਰ ਵਿੱਚ ਨਾਮ ਜਪਣਾ ਏ, ਸੁਣਨਾ ਏ ਆਸਰਾ, ਇਸ਼ਾਰਾ ਕਿਸੇ ਨੂੰ ਨੀ ਦੇਣਾ। ਆ ਗੱਲਾਂ ਵਾਲੇ ਹਟੇ ਨੀ, ਅਜੇ ਚਲਾਕ ਨੇ, ਚੁਸਤ ਨੇ, ਪਹਿਰੇ ਤੇ ਬੰਦਾ ਖੜੋ, ਕੋਈ ਵੀ ਕਿਤੇ ਗੱਲ ਨਾ ਕਰੇ। ਇੱਥੇ ਆਣ ਕੇ ਸਿਰ ਨੀਵਾਂ ਹੋਵੇ, ਅੰਦਰ ਹਿਰਦੇ ਵਿੱਚ ਸੁਰਤ ਵਿੱਚ ਪਰਮਾਤਮਾ ਦਾ ਨਾਮ ਹੋਵੇ, ਦੂਜੀ ਗੱਲ ਨਾ ਹੋਵੇ। ਕਿਸੇ ਵੀ ਸਥਾਨ ਤੇ ਥੋੜੇ ਥੋੜੇ ਸੇਵਾਦਾਰ ਨੇ, ਪਰ ਜਿਹੜੇ ਨਾਮ ਜਪਣ ਵਾਲੇ ਉਹ ਰੱਖਣੇ ਆ ਦੂਜੇ ਤੌਰ ਤੇ ਨਹੀਂ ਕਰਨਾ। ਉਹਨਾਂ ਨੂੰ ਰੱਖੋ ਤਮਾਸ਼ਗੀ ਲੈਣ। ਜਿੱਥੇ ਵੀ ਕੋਈ ਦੋ ਦੋ ਚਾਰ ਚਾਰ ਸੇਵਾਦਾਰ ਨੇ ਅਸਥਾਨਾਂ ਦੇ, ਸੰਗਤਾਂ ਨੂੰ ਬਿਲਕੁਲ ਰੋਕ ਕੇ ਰੱਖੋ। ਜਿਹੜਾ ਆਏ ਕੇਵਲ ਮੱਥਾ ਟੇਕ ਕੇ, ਉੱਥੋਂ ਹੀ ਮੁੜ ਜਾਏ। ਦਰਸ਼ਨ ਕਰਕੇ ਮੱਥਾ ਟੇਕ ਕੇ ਨਾਲ ਦੀ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਮੁੜ ਜਾਵੇ। ਜੇ ਬੈਠੇ ਤੇ ਪਾਠ ਕਰੇ, ਮਾਲਾ ਫੇਰੇ, ਮੁੜ ਜਾਵੇ। ਗੱਲਾਂ ਨੀ ਕਰਨੀਆਂ ਕਿਤੇ। ਬੁੱਧਵਾਰ ਵਾਲੇ ਦਿਨ ਸੰਗਤਾਂ ਬਹੁਤ ਆਉਂਦੀਆਂ, ਪੁੱਛੋ। ਪਰ ਹੁਣ ਸੰਗਤਾਂ ਨੂੰ ਕਿਹਾ ਵੀ ਤੁਸੀਂ ਘਰਾਂ ਚ ਮੱਥਾ ਟੇਕ। ਟੀਵੀ ਚੈਨਲ ਤੇ ਬਹਿ ਕੇ ਸੁਖਮਨੀ ਸਾਹਿਬ ਦਾ ਕਰ ਲਓ ਪਾਠ, ਤੇ ਪੁੱਛੋ ਸਾਹਿਬ ਦੇ ਚੈਨਲ ਤੇ ਇੱਥੋਂ ਹੀ ਬੈਠੇ ਮੱਥਾ